सत श्री अकाल, मैं सोम सहोता ते तुसी वेख रहे हो एवन पंजाबी टीवी। एवन पंजाबी टीवी दे करंट इशू प्रोग्राम विच आप सब दा स्वागत है। दोस्तों, जिवें तुसी जानदे हो कि कल कारगिल वार नूं 22 साल हो चुके ने। 1999 दी जे गल करिए ते 1999 दे विच भारत वल्लों बकायदा तौर ते दोस्ती दा हत्थ वधाउण वास्ते पाकिस्तान गए सन साडे वाजपेई साहब और उहनां दे नाल पूरी टीम सी। लेकिन उस बदले दे विच परवेज़ मुशरफ ते उहनां दे साथियां ने एक बहुत वड्डा जिहड़ा मतलब कह सकते हैं कि तोहफा जिहड़ा उन्हां ने दिता है वह है जी कारगिल वार। मतलब कारगिल वार दे विच आपां की खोया ते की पाया कि पाकिस्तान ने मतलब कित ना कित पाकिस्तान की आर्मी के दिल के कुछ बेईमानी सी और वाजपेई साहब तो दोस्ताना हाथ वधाउण वास्ते गए सी। लेकिन उसने एवज में पाकिस्तानिया ने की दिता है। अज इस विषय से गलबात करने वास्ते मेरे नाल असम दुरानी जी मेरे नाल पाकिस्तान लाहौर तो जुड़ चुके ने। उन्होंने करते हैं गलबात। दुरानी साहब, अस्सलाम वालेकुम। जी जी, वालेकुम वालेकुम जनाब। सोमे साहब, कैसे मिजाज ने तुम्हारे? ठीक हो? मैं बिल्कुल ठीक हूँ, इंशाल्लाह बिल्कुल दुरुस्त हूँ। असम साहब, मेरा बस इक्को ही एक क्वेश्चन है कि कारगिल दी वार नू मतलब अज 22 साल हो चले ने, हो चुके ने, और की खोया ते की पाया, खास करके अगर भारत और पाकिस्तान की गल करिए। सोमे साहब, तुसी बिल्कुल बहुत अच्छी गल कीती है कि ਅਸੀਂ ਕੀ ਖੋਇਆ ਤੇ ਕੀ ਪਾਇਆ। ਇਸ ਗੱਲ ਤੋਂ ਹਟ ਕੇ, ਇਸ ਗੱਲ ਤੋਂ ਕਤਾ ਨਜ਼ਰ ਕਿ ਕਾਰਗਿਲ ਹੋਇਆ, 1971 ਦੀ ਜੰਗ ਹੋਈ, 1965 ਦੀ ਜੰਗ ਹੋਈ, ਜਾਂ ਜੋ ਵੀ ਹੋਇਆ। ਦੇਖੋ ਸੋਮੇ ਸਾਹਿਬ, ਤੁਹਾਡੀ ਹੁਣ ਤੀਕਰ ਜੇ ਅਸੀਂ ਵੇਖਨੇ ਆ ਤੇ ਅਸੀਂ ਸਿਰਫ ਖੋਇਆ ਹੀ ਖੋਇਆ, ਯਾਨੀ ਕਿ ਅਸੀਂ ਸਿਰਫ ਲੂਜ਼ ਹੀ ਲੂਜ਼ ਕੀਤਾ ਹੈਗਾ ਜੀ। ਅਸੀਂ ਕੋਈ ਵੀ ਸ਼ੈ ਗੇਨ ਹੀ ਨਹੀਂ ਕੀਤੀ ਦੋਵੇਂ ਪਾਸਿਓਂ, ਭਾਵੇਂ ਉਹ ਹਿੰਦੁਸਤਾਨ ਹੋਵੇ ਜਾਂ ਪਾਕਿਸਤਾਨ ਹੋਵੇ, ਉਹਨਾਂ ਵੱਲੋਂ ਅਸੀਂ ਵੇਖਨੇ ਆ ਤੇ ਅਸੀਂ ਚੀਜ਼ਾਂ ਨੂੰ ਹਮੇਸ਼ਾ ਚੀਜ਼ਾਂ ਸਾਡੇ ਹੱਥੋਂ ਨਿਕਲਦੀਆਂ ਰਹੀਆਂ ਨੇ, ਸਾਡੇ ਹੱਥਾਂ ਚ ਕੋਈ ਸ਼ੈ ਨਹੀਂ ਆਈ ਜੀ। ਅੱਛਾ, ਤੁਸੀਂ ਜਿਸ ਤਰ੍ਹਾਂ ਪਹਿਲੇ ਤੁਸੀਂ ਗੱਲ ਕੀਤੀ, ਜਦੋਂ ਤੁਸੀਂ ਗੱਲ ਸ਼ੁਰੂ ਕਰ ਰਹੇ ਸੀਗੇ, ਤੁਹਾਡਾ ਜਦੋਂ ਆਪਣਾ ਤੁਸੀਂ ਇੰਟਰੋ ਦੇ ਰਹੇ ਸੀ ਆਪਣੇ ਇਸ ਗੱਲ ਦਾ, ਤੁਸੀਂ ਗੱਲ ਕਹੀ ਸੀ ਕਿਤੇ ਨਾ ਕਿਤੇ ਪਾਕਿਸਤਾਨ ਫੌਜ ਦੇ ਦਿਲ ਦੇ ਅੰਦਰ ਕੋਈ ਐਸਾ ਖੋਟ ਸੀਗਾ। ਦੇਖੋ ਗੱਲ ਇਹ ਕਿ ਫੌਜ ਦਾ ਕੰਮ ਕੀ ਹੈ ਜੀ, ਉਹ ਭਾਵੇਂ ਇੰਡੀਆ ਦੀ ਫੌਜ ਹੋਵੇ, ਭਾਵੇਂ ਪਾਕਿਸਤਾਨ ਦੀ ਹੋਵੇ, ਭਾਵੇਂ ਅਫਗਾਨਿਸਤਾਨ ਦੀ ਹੋਵੇ, ਜਾਂ ਜਿਹੜੇ ਮਰਜ਼ੀ ਮੁਲਕ ਦੀ ਫੌਜ ਹੋਵੇ। ਪਰ ਅਸਮੀ ਸਾਹਿਬ, ਮੇਰਾ 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 ਇੱਥੇ ਰੋਕਣ ਦਾ ਇੱਕ ਸੈਕਿੰਡ ਦਾ ਮੇਰਾ ਕੁਐਸਚਨ ਸੁਣ ਲਓ। ਭਾਰਤ ਵੱਲੋਂ ਤਾਂ ਦੋਸਤਾਨਾ ਦਾ ਹੱਥ ਵਧਾਉਣ ਵਾਸਤੇ ਸਰਹੱਦ ਪਾਰ ਤੁਹਾਡੇ ਮੁਲਕ ਗਏ, ਪਾਕਿਸਤਾਨ ਦੇ ਵਿੱਚ ਗਏ ਬੱਸ ਦੇ ਰਾਹੀਂ ਵਾਜਪੇਈ ਸਾਹਿਬ, ਲੇਕਿਨ ਪਰਵੇਜ਼ ਮੁਸ਼ਰਫ ਔਰ ਚਾਰ ਮੈਂਬਰ ਜਿਹੜੇ ਸੀ ਉਸ ਵੇਲੇ ਕਿਸ ਤਰ੍ਹਾਂ ਦੀ ਸਕ੍ਰਿਪਟ ਰਚ ਰਹੇ ਸੀ ਕਿ ਭਾਰਤ ਦਾ ਇਹਨਾਂ ਲੋਕਾਂ ਦਾ, ਭਾਰਤ ਦੇ ਪ੍ਰਧਾਨ ਮੰਤਰੀ ਦਾ, ਉਸ ਸਮੇਂ ਦੇ ਪ੍ਰਧਾਨ ਮੰਤਰੀ ਦਾ ਜਾਣਾ ਕਿ ਸਾਡੀ ਭੁੱਲ ਸੀ, ਅਸੀਂ ਤਾਂ ਦੋਸਤੀ ਦੇ ਤੌਰ 'ਤੇ ਗਏ ਸੀ, ਪਰ ਪਾਕਿਸਤਾਨ ਨੇ ਮਤਲਬ ਉਹੀ ਕੀਤਾ ਨਾ ਜਿਸ ਦਾ ਡਰ ਹੁੰਦਾ। ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਇਹ ਸੋਮੇ ਸਾਹਿਬ, ਥੋੜਾ ਜਿਹਾ ਥੋੜਾ ਥੋੜਾ ਕਰੈਕਟ ਕਰ ਲਿੱਤਾ ਜਾਵੇ ਜੀ। ਗੱਲ ਇਹ ਹੈਗੀ ਹੈ ਕਿ ਜੇ ਪ੍ਰਧਾਨ ਮੰਤਰੀ ਤੁਹਾਡੇ ਆਏ ਨੇ ਤੇ ਸਿਰ ਪ੍ਰਧਾਨ ਮੰਤਰੀ ਨੂੰ ਸਾਡੇ ਪ੍ਰਧਾਨ ਮੰਤਰੀ ਨੇ ਹੀ ਬੁਲਾਇਆ ਜੀ, ਠੀਕ ਹੈ ਜੀ, ਤੇ ਸਾਡੇ ਪ੍ਰਧਾਨ ਜੀ, ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਜਿਹੜੀ ਇੱਜ਼ਤ ਦਿੱਤੀ, ਜਿਹੜੀ ਉਹਨਾਂ ਨੂੰ ਉਚੇਚੇ ਪ੍ਰਾਹੁਣੇ ਦੇ ਤੌਰ ਦੇ ਉੱਤੇ ਪਾਕਿਸਤਾਨ 'ਚ ਬੁਲਾਇਆ, ਉਹਨਾਂ ਨੂੰ ਇੱਜ਼ਤ ਦਿੱਤੀ, ਉਹਨਾਂ ਦਾ ਮਾਣ ਸਨਮਾਨ ਕੀਤਾ। ਤੁਸੀਂ ਇਹ ਗੱਲਾਂ ਵੀ ਤਾਂ ਤੁਸੀਂ ਵੇਖੋ, ਕਿਆ ਰਿਕਾਰਡ ਦੇ ਉੱਤੇ ਚੀਜ਼ਾਂ ਮੌਜੂਦ ਨਹੀਂ ਹੈਗੀਆਂ? ਕਿਆ ਉਸ ਵਕਤ ਦੀ ਟੀਵੀ ਫੁਟੇਜ ਦੇ ਅੰਦਰ ਇਹ ਤਮਾਮ ਚੀਜ਼ਾਂ ਮੌਜੂਦ ਨਹੀਂ ਹੈਗੀ ਕਿ ਸਟੇਟ ਗੈਸਟ ਦੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜੀ ਇੱਜ਼ਤ ਦਿੱਤੀ ਗਈ ਹੈ ਪੂਰੇ ਪਾਕਿਸਤਾਨ ਦੇ ਅੰਦਰ, ਉਹਨਾਂ ਨੂੰ ਆਪਣੇ ਸਿਰ ਮੱਥੇ ਤੇ ਰੱਖਿਆ ਗਿਆ? ਪਰ ਸਰ, ਵੈਲਕਮ ਵਾਸਤੇ ਅਸਾਮੀ ਸਾਹਿਬ, ਵੈਲਕਮ ਵਾਸਤੇ ਪਰਵੇਜ਼ ਮੁਸ਼ਰਫ ਤੇ ਉਹਨਾਂ ਦੀ ਟੀਮ ਨੂੰ ਵੀ ਉੱਥੇ ਆ ਰਿਹਾ ਜੀ। ਮੈਂ ਸਰ, ਮੈਂ ਤੁਹਾਡੀ ਗੱਲ ਤੇ ਆ ਰਿਹਾ, ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਮੈਂ ਪਹਿਲੇ ਤੁਹਾਨੂੰ ਅਰਜ਼ ਕੀਤੀ ਹੈ ਕਿ ਫੌਜ ਦਾ ਕੰਮ ਕੀ ਹੈਗਾ, ਫੌਜ ਦਾ ਕੰਮ ਹੈਗਾ ਲੜਨਾ ਜੀ, ਠੀਕ ਹੈ। ਫੌਜੀ, ਇੱਕ ਫੌਜੀ ਨੂੰ ਟ੍ਰੇਨ ਹੀ ਇਸ ਵਾਸਤੇ ਕੀਤਾ ਜਾਂਦਾ ਹੈ ਕਿ ਉਹ ਲੜੇ, ਮਤਲਬ ਇੱਕ ਜਣਾ ਦੋਸਤੀ ਦਾ ਹੱਥ ਵਧਾਵੇ ਤੇ ਦੂਜੇ ਵਾਰ ਕਰਨ, ਮਤਲਬ ਇਹ ਇਸ ਤਰ੍ਹਾਂ ਦੀ ਇਸ ਤਰ੍ਹਾਂ ਨਹੀਂ ਹੁੰਦਾ। ਬਹੁਤ ਸਾਰੇ ਨੌਨ ਸਟੇਟ ਫੈਕਟਰਸ ਹੁੰਦੇ ਨੇ, ਬਹੁਤ ਸਾਰੀ ਐਸੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨੇ ਚੀਜ਼ਾਂ ਨੂੰ ਹਾਈਪ ਕ੍ਰੀਏਟ ਕਰ ਦਿੰਦੀਆਂ ਨੇ। ਉਹ ਲੋਕੀ ਇਹ ਸਮਝਦੇ ਨੇ ਕਿ ਉਹਨਾਂ ਦੇ ਇੰਟਰਸਟ ਦੇ ਮੁਤਾਬਕ ਕੰਮ ਨਹੀਂ ਹੋ ਰਿਹਾ। ਦੇਖੋ ਪਾਕਿਸਤਾਨ ਦਾ ਅੰਦਰ, ਮੈਂ ਇੱਕ ਇੱਕ ਗੱਲ ਬਿਲਕੁਲ ਮੈਂ ਮੰਨਦਾ ਹੈਗਾ ਕਿ ਪਾਕਿਸਤਾਨ ਦੇ ਅੰਦਰ ਇੱਕ ਛੋਟਾ ਜਿਹਾ ਪ੍ਰੋਬਲਮ ਇਹ ਹੈਗਾ ਕਿ ਪਾਕਿਸਤਾਨ ਦੇ ਅੰਦਰ ਜਿਹੜਾ ਸਾਡੀ ਪੋਲੀਟੀਕਲ ਜਿਹੜੀ ਪਾਰਟੀਜ਼ ਨੇ ਜਾਂ ਪੋਲੀਟੀਕਲ ਜਿਹੜੀ ਪਾਵਰ ਹੈਗੀ ਆ,
ਉਹ ਕਦੀ ਵੀ ਇੰਨੀ ਸਟਰੋਂਗ ਨਹੀਂ ਰਹੀ, ਕਿੰਨੀ ਵੀ ਇੰਨੀ ਮਜ਼ਬੂਤ ਨਹੀਂ ਰਹੀ ਕਿ ਇਹਨੇ ਕਿ ਉਹ ਤਮਾਮ ਮੁਲਕ ਦੇ ਮਾਮਲਾਤ ਦੇ ਉੱਤੇ, ਤਮਾਮ ਚੀਜ਼ਾਂ ਦੇ ਉੱਤੇ ਉਹਦਾ ਕੰਟਰੋਲ ਰਹੇ। ਪਰ ਦੁਰਾਨੀ ਸਾਹਿਬ, ਇਸ ਦਾ ਪਾਕਿਸਤਾਨ ਨੂੰ ਫਾਇਦਾ ਕੀ ਹੋਇਆ? ਔਰ ਮੈਂ ਪੂਰਾ ਇਤਿਹਾਸ ਪੜ੍ਹ ਰਿਹਾ ਸੀਗਾ, ਕਿਉਂਕਿ ਮੈਂ ਬਹੁਤ ਸਾਰੀਆਂ ਜਰਨਲ ਅਜੀਤ ਸਾਹਿਬ ਦੀਆਂ ਵੀ ਇੰਟਰਵਿਊ ਸੁਣੀਆਂ ਨੇ, ਜਰਨਲ ਮਹਿਮੂਦ ਸਾਹਿਬ ਦੀਆਂ ਵੀ ਇੰਟਰਵਿਊ ਸੁਣੀਆਂ ਨੇ। ਉਹਨਾਂ ਨੇ ਕਿਹਾ ਕਿ ਸਿਰਫ ਤੋਂ ਸਿਰਫ ਕਿਸੇ ਨੂੰ ਪਤਾ ਨਹੀਂ ਸੀ, ਸਿਰਫ ਚਾਰ ਲੋਕ ਸੀਗੇ, ਜਿਹੜੇ ਚਾਰ ਲੋਕ ਸੀ ਉਹਨਾਂ ਦੀ ਸਕ੍ਰਿਪਟ ਸੀ, ਉਹਨਾਂ ਨੇ ਇਤਿਹਾਸ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਆਪਣੇ ਹੀ ਟੋਏ ਦੇ ਵਿੱਚ ਕਿਤੇ ਨਾ ਕਿਤੇ ਉਹ ਲੋਕ ਗਿਰਦੇ ਨਜ਼ਰ ਆਏ। ਕੋਈ ਗੱਲ ਹੈ ਨਾ ਕਿ ਪਾਕਿਸਤਾਨ ਨੇ ਤਾਂ ਖੋਇਆ ਹੀ ਖੋਇਆ, ਪਾਇਆ ਕੁਛ ਨਹੀਂ ਹੈ। ਨਹੀਂ 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 ਇਸ ਤਰ੍ਹਾਂ ਬਿਲਕੁਲ ਨਹੀਂ ਹੈਗਾ ਪਾਕਿਸਤਾਨ ਨੇ। ਖੈਰ ਮੇਰੀ ਗੱਲ ਸੁਣੋ ਸਰ, ਪਾਕਿਸਤਾਨ ਨੇ ਆਰਮੀ ਦੇ ਜਵਾਨਾਂ ਦੀਆਂ ਲਾਸ਼ਾਂ ਲੈਣ ਤੋਂ ਮਨਾ ਕਰ ਦਿੱਤਾ, ਦੁੱਖ ਤਾਂ ਇਸ ਗੱਲ ਦਾ ਸਰ। ਨਹੀਂ ਨਹੀਂ ਸੋਮੇ ਸਾਹਿਬ, ਤੁਸੀਂ ਜਿਹੜਾ ਸਵਾਲ ਕੀਤਾ ਉਸ ਸਵਾਲ ਦਾ ਜਵਾਬ ਵੀ ਤੁਸੀਂ ਆਪ ਦੇ ਦਿੱਤਾ ਜੀ। ਮੈਂ ਬਿਲਕੁਲ, ਮੈਂ ਕਿਹਾ ਪਾਕਿਸਤਾਨ ਨੇ ਕਿਉਂ ਇਸ ਤਰ੍ਹਾਂ ਕੀਤਾ ਸਰ? ਹਾਂ, ਉਹਦੀ ਮੈਂ ਵਜ੍ਹਾ ਦੱਸਦਾ ਸਰ। ਗੱਲ ਹੈਗੀ ਹੈ, ਦੁਨੀਆ 'ਚ ਹੀਰੋ ਬਣਨ ਦੇ ਬੜੇ ਤਰੀਕੇ ਹੁੰਦੇ ਨੇ, ਠੀਕ ਹੈ? ਇੱਕ ਹੁੰਦਾ ਪੋਜ਼ਿਟਿਵ ਤਰੀਕਾ ਹੁੰਦਾ, ਇੱਕ ਹੁੰਦਾ ਨੈਗੇਟਿਵ ਤਰੀਕਾ ਹੁੰਦਾ। ਕੁਝ ਲੋਕਾਂ ਨੇ ਨੈਗੇਟਿਵਲੀ ਹੀਰੋ ਬਣਨ ਦੀ ਕੋਸ਼ਿਸ਼ ਕੀਤੀ ਤੇ ਉਹ ਅੱਜ ਜਿਹੜੇ ਨੇ ਉਹ ਜ਼ਮੀਨ ਦੇ ਉੱਤੇ ਲੰਮੇ ਪਏ ਨੇ, ਧੁੱਦਲ 'ਚ ਲੰਮੇ ਪਏ ਨੇ, ਉਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਨੇ ਪੂਰੀ ਦੁਨੀਆ ਥੋਏ ਥੋਏ ਕਰ ਰਹੀ ਹੈ ਤੇ ਉਹਨਾਂ ਦੇ ਉਹ ਆਪਣਾ ਖਾਕ ਪਾ ਰਹੀ ਹੈ। ਬਿਲਕੁਲ ਬਿਲਕੁਲ। ਜੇ ਤੁਸੀਂ ਗੱਲ ਕੀਤੀ ਹੈ ਕਿ ਜੀ ਚਾਰ ਬੰਦੇ, ਜੇ ਤੁਸੀਂ ਗੱਲ ਕੀਤੀ ਹੈ ਕਿ ਜੀ ਚਾਰ ਬੰਦੇ ਸੀਗੇ ਸਰ, ਮੈਨੂੰ ਗੱਲ ਦੱਸੋ ਕਿ ਉਹ ਚਾਰ ਬੰਦੇ ਕਿੱਥੇ ਨੇ ਹੁਣ? ਬਿਲਕੁਲ, ਲੇਕਿਨ ਡਿਬੇਟ ਇਹ ਨਹੀਂ ਹੈਗੀ, ਗੱਲ ਇਹ ਨਹੀਂ ਹੈਗੀ ਕਿ ਪਾਕਿਸਤਾਨ ਨੇ ਕੀ ਖੋਇਆ ਜਾਂ ਕੀ ਪਾਇਆ ਜਾਂ ਇੰਡੀਆ ਨੇ ਕੀ ਖੋਇਆ ਜਾਂ ਕੀ ਪਾਇਆ। ਪਰ ਇੰਡੀਆ ਨੇ ਤਾਂ ਪਾਇਆ ਸਰ, ਟਾਈਗਰ ਹਿੱਲ ਦੇ ਉੱਪਰ ਝੰਡਾ ਲਹਿਰਾ ਕੇ ਇੰਡੀਆ ਨੇ ਪਾਇਆ ਸਰ। ਸਰ ਤੁਸੀਂ ਜੋ ਗੱਲ ਕਰਨਾ ਚਾਹ ਰਹੇ ਤੁਸੀਂ ਬਿਲਕੁਲ ਠੀਕ ਹੈ, ਲੇਕਿਨ ਮੈਨੂੰ ਗੱਲ ਦੱਸੋ ਕਿ ਉਹੀ ਜੇ ਪਰਵੇਜ਼ ਸ਼ਰਫ ਦੀ ਤੁਸੀਂ ਗੱਲ ਕਰਦੇ ਹੋ ਤੇ ਉਹੀ ਪਰਵੇਜ਼ ਮੁਸ਼ਰਫ ਨੇ ਫਿਰ ਅਮਨ ਦੀ ਜਿਹੜੀ ਇੱਕ ਨਾ ਦੀਆ ਜਲਾਇਆ, ਇੰਡੀਆ ਦੇ ਵਿੱਚ ਆਇਆ, ਫਿਰ ਉਹ ਆਪਣਾ ਵਰਦੀ ਪਾ ਕੇ ਬਤੌਰ ਸਦਰੇ ਪਾਕਿਸਤਾਨ ਤੁਹਾਡੇ ਕੋਲ ਆਇਆ, ਤੁਹਾਡੀ ਫੌਜ ਨੇ ਉਹਨੂੰ ਗਾਰਡ ਆਫ ਆਨਰ ਪੇਸ਼ ਕੀਤਾ, ਉਹਨੂੰ ਸਲੂਟ ਮਾਰਿਆ। ਤੁਹਾਡੇ ਜਿਹੜੇ ਉਸ ਵਕਤ ਪ੍ਰਧਾਨ ਮੰਤਰੀ ਸਨ ਜਾਂ ਤੁਹਾਡੇ ਉਚੇਚੇ ਜਿੰਨੇ ਵੀ ਸਿਆਸਤਦਾਨ ਸਨ ਜਾਂ ਤੁਹਾਡੀ ਜਿਹੜੀ ਥਿੰਕ ਟੈਂਕ ਸੀਗਾ ਉਹਦੇ ਨਾਲ ਉਹ ਬੈਠਾ ਹੈਗਾ, ਗੱਪਾਂ ਗੁੱਪਾਂ ਮਾਰੀਆਂ, ਉਹਨੇ ਫਿਰ ਇੱਕ ਰੋਡ ਮੈਪ ਤਿਆਰ ਕੀਤਾ ਜੀ। ਉਸ ਰੋਡ ਮੈਪ ਦੇ ਉੱਤੇ ਤੇ ਸਰ ਮੈਂ ਇਹ ਗੱਲ ਕਰਦਾ ਹੈਗਾ, ਤੁਸੀਂ ਜਿਹੜੀ ਪਹਿਲੇ ਗੱਲ ਕੀਤੀ ਕਿ ਚਾਰ ਬੰਦੇ ਸਨ ਉਹਨਾਂ ਨੇ, ਉਹ ਹੁਣ ਕਿੱਥੇ ਗਏ? ਸਰ ਤੁਸੀਂ ਆਪਣਾ ਵੀ ਦੇਖੋ ਨਾ, ਉਹ ਚਾਰ ਬੰਦਿਆਂ ਦੀ ਵਜ੍ਹਾ ਤੋਂ ਇੰਡੀਆ ਨੂੰ ਕਿੰਨਾ ਫਾਇਦਾ ਹੋਇਆ? ਚਲੋ ਪਾਕਿਸਤਾਨ ਨੇ ਖੋਇਆ, ਨਹੀਂ ਨਹੀਂ ਤੁਸੀਂ ਕੁਛ ਪਾ ਲਿਆ ਨਾ ਦੁਰਾਨੀ ਸਾਹਿਬ, ਤੁਸੀਂ ਪਰਵੇਜ਼ ਮੁਸ਼ਰਫ ਜੀ ਦੀ ਐਂਟਰੀ ਦੀ ਗੱਲ ਕੀਤੀ ਇੰਡੀਆ ਵਿੱਚ, ਇੰਡੀਆ ਦੀ ਆਰਮੀ ਨੇ ਵੈਲਕਮ ਕੀਤਾ, ਲੇਕਿਨ ਇੰਡੀਆ ਦੀ ਆਰਮੀ ਨੇ ਜਾਂ ਇੰਡੀਆ ਸਰਕਾਰ ਨੇ ਕੋਈ ਜ਼ਖਮ ਨਹੀਂ ਦਿੱਤਾ, ਪਰ ਤੁਸੀਂ ਤਾਂ ਜ਼ਖਮ ਦਿੱਤਾ ਸਰ, ਉਹ ਜ਼ਖਮ ਜਿਹੜੇ ਜਿਸ ਨੂੰ ਅੱਜ 22 ਸਾਲ ਹੋ ਚੁੱਕੇ ਨੇ। ਨਹੀਂ 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 ਇਸ ਤਰ੍ਹਾਂ ਗੱਲ ਨਹੀਂ ਹੈ ਗੁਰਾਨੀ ਸਾਹਿਬ, ਇਹ ਨਾ ਮੰਨਣਾ ਪਏਗਾ, ਮੰਨਣਾ ਪਏਗਾ ਸਰ। ਦੇਖੋ ਸਰ ਗੱਲ ਹੈ, ਮੇਰੀ ਗੱਲ ਸੁਣੋ, ਜੇ ਜ਼ਖਮ ਦੀ ਤੁਸੀਂ ਗੱਲ ਕਰੋਗੇ ਨਾ, ਜੇ ਤੁਸੀਂ ਤਕੜੀ ਰੱਖ ਕੇ ਦੋਵੇਂ ਪਾਸੇ ਦੇ ਵੱਟੇ ਰੱਖ ਕੇ ਗੱਲ ਕਰੋਗੇ ਤਾਂ ਸਰ ਜੀ ਵੱਟੇ ਦੋਵੇਂ ਪਾਸੇ ਬਰਾਬਰ ਵਜ਼ਨ ਦੇ ਪੈਂਦੇ ਨੇ, ਠੀਕ ਹੈ? ਅਸੀਂ ਜੇ ਹੁਣ ਗੱਲ ਕਰਦੇ ਤਾਂ ਸਰ ਬੜੀ ਛੋਟੀ ਜਿਹੀ ਮੈਂ ਤੁਹਾਡੇ ਨਾਲ ਗੱਲ ਕਰਦਾ ਸਰ, ਕੁਲਭੂਸ਼ਣ ਜਿਹੜਾ ਹੈਗਾ ਉਹ ਪਾਕਿਸਤਾਨ ਦਾ ਨਹੀਂ ਹੈਗਾ ਜੀ, ਕੁਲਭੂਸ਼ਣ ਸਰ ਤੁਹਾਡਾ ਹੈਗਾ ਜੀ, ਠੀਕ ਹੈ ਸਰ? ਤੁਸੀਂ ਉਹਨੂੰ ਤੁਸੀਂ ਟ੍ਰੇਨ ਕਰਕੇ ਭੇਜਿਆ, ਕਿਸ ਵਾਸਤੇ ਭੇਜਿਆ? ਇਹ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਜਾਂ ਉਹਨਾਂ ਨੂੰ ਪਤਾ ਹੋਏਗਾ ਜਿਨ੍ਹਾਂ ਨੇ ਭੇਜਿਆ? ਦੇਖੋ ਤੁਸੀਂ ਵੀ ਮੇਰੀ ਤਰ੍ਹਾਂ ਸਰ, ਅੱਜ ਮੈਂ ਕਾਰਗਲ ਵਿਸ਼ੇ ਤੇ ਗੱਲਬਾਤ ਕਰਕੇ ਕਰਨ ਲਈ ਆਇਆ, ਆਪਾਂ ਸਿਰਫ ਕਾਰਗਲ ਨੂੰ ਡਿਸਕਸ ਕਰੀਏ ਸਰ, ਕਿਉਂਕਿ 22 ਸਾਲ ਹੋ ਚੱਲੇ ਨੇ। ਲੇਕਿਨ ਸਰ ਗੱਲ ਹੈਗੀ ਕਿ ਤੁਸੀਂ ਜਦੋਂ ਗੱਲ ਕੀਤੀ ਨਾ, ਫਰੇਜ਼ਸ ਦੇ ਨਾਲ ਗੱਲ ਕੀਤੀ ਨਾ, ਤਾਂ ਫਿਰ ਤੁਸੀਂ ਕਹੇ ਜੀ ਸਾਨੂੰ ਫੱਟ ਲੱਗੇ ਨੇ, ਤੇ ਮੈਂ ਵੀ ਤੁਹਾਨੂੰ ਗੱਲ ਕਹੀ ਕਿ ਮੈਂ ਕਿਹਾ ਜੀ ਤਕੜੀ ਰੱਖਾਂਗੇ ਤੇ ਵੱਟੇ ਤੇ ਦੋਵੇਂ ਪਾਸੇ ਬਰਾਬਰ ਹੋਣਗੇ। ਕਾਰਗਲ ਸਰ ਜੀ ਇੱਕ ਐਸਾ ਇਸ਼ੂ ਹੈਗਾ ਜਿਹਦੇ ਉੱਤੇ ਮੈਂ ਇਹ ਸਮਝਦਾ ਕਿ ਉਹ ਨਹੀਂ ਹੋਣਾ ਚਾਹੀਦਾ ਸੀਗਾ। ਦੇਖੋ ਮੇਰੇ ਉਸਤਾਦ ਨੇ, ਨਹੀਂ ਇਹ ਤਾਂ ਤੁਸੀਂ ਮੰਨਦੇ ਹੋ ਨਾ ਵੀ ਪਾਕਿਸਤਾਨ ਦੀ ਬਹੁਤ ਵੱਡੀ ਗਲਤੀ ਹੈ ਸਰ ਇਸ ਤਰ੍ਹਾਂ ਦਾ ਸਟੈਪ ਲੈਣਾ, ਔਰ ਜਿੱਥੋਂ ਤੱਕ ਪਤਾ ਲੱਗ ਰਿਹਾ ਦੁਰਾਨੀ ਸਾਹਿਬ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਇਸ ਸਾਰੀ ਸਕ੍ਰਿਪਟ ਬਾਰੇ ਕੁਝ ਨਹੀਂ ਸੀ ਪਤਾ। ਸਰ ਦੇਖੋ ਤੁਸੀਂ ਬਿਲਕੁਲ ਸਰ ਮੇਰੀ ਗੱਲ ਸੁਣੋ, ਜਦੋਂ ਤੁਸੀਂ ਬਿਲਕੁਲ ਗੱਲ ਸ਼ੁਰੂ ਕੀਤੀ ਹੈ ਤੁਸੀਂ ਕਿਹਾ ਜੀ ਚਾਰ ਬੰਦਿਆਂ ਦੀ ਕਾਰਸਤਾਨੀ ਸੀਗੀ ਜੀ, ਠੀਕ ਹੈ? ਹੁਣ ਤੁਸੀਂ ਨਾਲ ਇਹ ਕਹਿ ਰਹੇ ਹੋ ਪਾਕਿਸਤਾਨ ਨੇ, ਸਰ ਗੱਲ ਹੈਗੀ ਹੈ ਕਿ ਦੇਖੋ ਚਾਰ ਬੰਦਿਆਂ ਦੀ ਕਾਰਸਤਾਨੀ ਪਾਕਿਸਤਾਨੀ ਮੱਥੇ ਤੇ ਨਾ ਲਾਵੋ ਜੀ ਜੀ ਜੀ, ਤੁਸੀਂ ਪੂਰੇ ਮੱਥੇ ਤੇ ਉਹਨਾਂ ਦੇ ਪੂਰੇ ਪੂਰੇ ਪਾਕਿਸਤਾਨ ਦੇ ਮੱਥੇ ਤੇ ਨਾ ਲਾਵੋ ਜੀ। ਪਾਕਿਸਤਾਨ ਦੀ ਜਿਹੜੀ ਆਵਾਮ, ਪਾਕਿਸਤਾਨ ਦੀ ਜਿਹੜੀ ਆਵਾਮ ਹੈਗੀ ਹੈ ਸਰ, ਉਹ ਬਿਲਕੁਲ ਵੀ ਕਿਸੇ ਵੀ ਸੂਰਤ ਚ ਜੰਗ ਦੇ ਹੱਕ ਚ ਨਹੀਂ ਹੈਗੀ। ਹਾਂ ਅੰਟਿਲ ਅਨਲੈਸ ਕਿ ਤੁਹਾਡੇ ਘਰ ਦੇ ਉੱਤੇ ਵਾਕਈ ਹਮਲਾ ਹੋ ਜਾਵੇ। ਦੇਖੋ
ਚਿੜੀਆ ਦੇ ਘੋਂਸਲੇ ਦੇ ਉੱਤੇ ਹਮਲਾ ਹੋ ਜਾਂਦਾ ਤਾਂ ਚਿੜੀਆ ਜਿਹੜੀ ਉਹ ਵੀ ਸਰ ਆਪਣਾ ਅਟੈਕ ਤੇ ਕਰਦੀ ਬਿਲਕੁਲ ਕਿ ਨਹੀਂ ਬਿਲਕੁਲ ਕਰਦੀ ਸਰ ਬਿਲਕੁਲ ਬਿਲਕੁਲ ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਉਹ ਸਰ ਉਹ ਥੋੜਾ ਜਿਹਾ ਮੇਰਾ ਵੀ ਸਰ ਪੁਆਇੰਟ ਆਫ ਵਿਊ ਜ਼ਰਾ ਸਮਝੋ ਕਿ ਕਿਸੇ ਵੀ ਬੰਦੇ ਦਾ ਇੱਕ ਜ਼ਾਤੀ ਫੇਲ ਜਿਹੜਾ ਹੈਗਾ ਉਹ ਕਿਸੇ ਵੀ ਤੌਰ ਤੇ ਪੂਰੇ ਮੁਲਕ ਦੇ ਉੱਤੇ ਜਾਂ ਪੂਰੀ ਕੌਮ ਦੇ ਉੱਤੇ ਜਾਂ ਪੂਰੀ ਪਾਕਿਸਤਾਨੀ ਫੌਜ ਦੇ ਮੱਥੇ ਦੇ ਉੱਤੇ ਸਰ ਉਹਦਾ ਕਲੰਕ ਨਹੀਂ ਲੱਗਣਾ ਚਾਹੀਦਾ। ਪਰ ਸਮੱਸਿਆ ਤੇ ਇਹੀ ਹੈ ਨਾ ਸਰ ਕਿ ਉਹ ਜਿਹੜੇ 4% ਹੈ ਹੀ ਬਿਲੋਂਗਸ ਟੂ ਪਾਕਿਸਤਾਨ। ਜਦੋਂ 4 ਬੰਦਿਆਂ ਦਾ ਆਪਾਂ ਜ਼ਿਕਰ ਕਰਾਂਗੇ ਤਾਂ ਕੰਟਰੀ ਦਾ ਨਾਮ ਤਾਂ ਸਰ ਆਏਗਾ ਆਏਗਾ। ਔਰ ਬੜੇ ਅਫਸੋਸ ਦੀ ਗੱਲ ਹੈ ਕਿ ਮੈਂ ਦੁਰਾਨੀ ਸਾਹਿਬ ਜਦੋਂ ਪੂਰਾ ਰਾਤ ਸਕ੍ਰਿਪਟ ਬਣਾ ਰਿਹਾ ਸੀ ਪੜ੍ਹ ਰਿਹਾ ਸੀ ਤਾਂ ਮੈਨੂੰ ਇੰਝ ਲੱਗਾ ਨਹੀਂ ਯਾਰ ਪੜੋਸੀ ਇਸ ਤਰ੍ਹਾਂ ਦੇ ਨਹੀਂ ਹੋਣੇ ਚਾਹੀਦੇ। ਪੜੋਸੀ ਤਾਂ ਬੜੇ ਬੜੇ ਇੱਕ ਦੂਜੇ ਦੇ ਹਮਦਰਦੀ ਭਰੇ ਹੋਣੇ ਚਾਹੀਦੇ ਆ, ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੇ ਚਾਹੀਦੇ ਆ। ਮੈਂ ਮੰਨ ਗਿਆ, ਮੈਂ ਸਰ ਤੁਹਾਡੀ ਗੱਲ ਬਿਲਕੁਲ ਮੰਨ ਗਿਆ, ਲੇਕਿਨ ਉਹ ਗੱਲ ਹੈਗੀ ਹੈ ਕਿ ਉਹਦੇ ਤੋਂ ਪਹਿਲੇ ਜਦੋਂ ਇਹ ਜੇ ਤੁਸੀਂ ਸਰ ਸਕ੍ਰਿਪਟ ਇਹ ਪੜ੍ਹਿਆ ਜਾਂ ਲਿਖਿਆ ਜਿਹੜਾ ਸਰ, ਮੈਂ ਮੰਨ ਗਿਆ ਤੁਹਾਡੀ ਗੱਲ, ਲੇਕਿਨ ਸਰ ਕਾਇੰਡਲੀ ਜੇ ਥੋੜਾ ਜਿਹਾ ਅਸੀਂ ਤੁਸੀਂ ਜਾਂ ਮੈਂ ਅਸੀਂ ਦੋਵੇਂ ਜਿਹੜੇ ਆ ਜੇ ਅਸੀਂ ਆਪਣੇ ਮੈਂ ਪਾਕਿਸਤਾਨ ਦੀ ਐਨਕ ਆਪਣੀ ਅੱਖਾਂ ਤੋਂ ਲਾ ਲਵਾਂ ਤੇ ਤੁਸੀਂ ਇੰਡੀਆ ਦੀ ਐਨਕ ਆਪਣੀ ਅੱਖਾਂ ਤੋਂ ਲਾ ਲਵੋ ਤੇ ਜੇ ਤੁਸੀਂ ਉਸ ਵਕਤ ਬਹਿ ਕੇ ਗੱਲ ਕਰੋਗੇ ਤੇ ਤੁਹਾਨੂੰ ਤੇ ਮੈਨੂੰ ਅੰਦਾਜ਼ਾ ਹੋਏਗਾ ਕਿ ਬਰਾਬਰ ਦੀ ਵਜ੍ਹਾ ਸੀਗੀ। ਬਹੁਤ ਸਾਰੇ ਵਜੂਹਾਤ ਸਨ ਜਿਹੜੀਆਂ ਉਧਰੋਂ ਵੀ ਹੋਈਆਂ, ਬਹੁਤ ਸਾਰੇ ਵਜੂਹਾਤ ਸਨ ਜਿਹੜੀਆਂ ਇਧਰੋਂ ਵੀ ਹੋਈਆਂ, ਜਿਹਦੇ ਰਿਟੈਲੀਏਸ਼ਨ ਦੇ ਤੌਰ ਦੇ ਉੱਤੇ ਕੁਛ ਬੰਦਿਆਂ ਨੇ ਆਪਣਾ ਵਕਤੀ ਮਕਸਦ ਜਾਂ ਫਾਇਦਾ ਚੁੱਕਣ ਵਾਸਤੇ ਇਹ ਕੰਮ ਕੀਤਾ, ਜਿਹਨਾਂ 'ਚ ਨੁਕਸਾਨ ਤੁਹਾਨੂੰ ਵੀ ਹੋਇਆ, ਜਿਹਨਾਂ 'ਚ ਨੁਕਸਾਨ ਸਾਨੂੰ ਵੀ ਹੋਇਆ। ਸੋ ਬਹੁਤ ਬਹੁਤ ਦੁਰਾਨੀ ਸਾਹਿਬ, ਮਾਫ਼ ਕਰਨਾ, ਸਮਾਂ ਜਿਹੜਾ ਹੈ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ, ਔਰ ਮੈਂ ਚਾਹੁੰਦਾ ਸੀ ਕਿ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣ, ਔਰ ਦੁਬਾਰਾ ਫਿਰ ਮੈਂ ਤੁਹਾਨੂੰ ਕਿਸੇ ਨਾ ਕਿਸੇ ਵਿਸ਼ੇ ਤੇ ਤਕਲੀਫ਼ ਦਿੰਦਾ ਰਹਾਂਗਾ। ਥੈਂਕ ਯੂ ਵੈਰੀ ਮੱਚ ਸਰ। ਜੀ ਜੀ ਬਿਲਕੁਲ ਬਿਲਕੁਲ ਜੀ, ਮੋਸਟ ਵੈਲਕਮ ਮੋਸਟ ਵੈਲਕਮ ਮੋਸਟ ਵੈਲਕਮ। ਸੋ ਮੇਰੇ ਨਾਲ ਦੋਸਤੋ ਅਸਮ ਦੁਰਾਨੀ ਜੀ ਪਾਕਿਸਤਾਨ ਲਾਹੌਰ ਤੋਂ ਜੁੜੇ ਸਨ, ਜਿਹੜੇ ਕਿ ਦੱਸ ਰਹੇ ਸਨ ਕਿ ਜੇ ਆਪਾਂ ਲਾਇਆ ਜਾਵੇ ਤਾਂ ਇੰਡੀਆ ਦੀ ਗੱਲ ਕਰੀ ਜਾਵੇ ਤਾਂ ਇੰਡੀਅਨ ਤਾਂ ਦੋਸਤੀ ਦਾ ਹੱਥ ਵਧਾਇਆ ਸੀ, ਵਾਜਪੇਈ ਸਾਹਿਬ ਆਪਣੀ ਟੀਮ ਲੈ ਕੇ ਬੱਸ ਦੇ ਵਿੱਚ ਗਏ ਸਨ, ਲੇਕਿਨ ਪਾਕਿਸਤਾਨ ਨੇ ਇੱਕ ਅਜਿਹਾ ਜ਼ਖਮ ਦਿੱਤਾ ਜੋ ਮਤਲਬ ਅੱਜ 22 ਸਾਲ ਉਸ ਜ਼ਖਮ ਨੂੰ ਹੋ ਗਏ, ਅਜੇ ਵੀ ਉਹ ਜ਼ਖਮ ਉਸੇ ਦਾ ਉਸੇ ਤਰ੍ਹਾਂ ਹੀ ਹੈ, ਲੇਕਿਨ ਇਸ ਦੇ ਵਿੱਚ ਭਾਰਤ ਨੇ ਪਾਇਆ ਹੀ ਪਾਇਆ ਹੈ, ਔਰ ਟਾਈਗਰ ਹਿੱਲ ਦੇ ਉੱਪਰ ਜਿਹੜਾ ਇੰਡੀਅਨ ਝੰਡਾ ਹੈ, ਤਿਰੰਗਾ ਝੰਡਾ ਹੈ, ਸਾਡੀ ਆਨ ਬਾਨ ਅਤੇ ਸ਼ਾਨ ਉਹ ਲਹਿਰਾਉਂਦਾ ਹੋਇਆ ਅੱਜ ਵੀ ਨਜ਼ਰ ਆ ਰਿਹਾ ਹੈ, ਪਰ ਇਸ ਦੇ ਮੁਕਾਬਲੇ ਪਾਕਿਸਤਾਨ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।